ਦੇਖੋ ਫਰੈਂਡ, ਇਹ ਇੱਕ ਪੁਰਾਣੀ ਸੌਕਸ ਹੈ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ, ਜਦੋਂ ਸਾਡੀ ਪੁਰਾਣੀ ਸੌਕਸ ਹੁੰਦੀ ਹੈ ਅਸੀਂ ਉਹਨੂੰ ਸਿੱਟ ਦਿੰਦੇ ਹਾਂ ਜਾਂ ਫਿਰ ਇੱਦਾਂ ਹੀ ਬਸ ਕਰ ਦਿੰਦੇ ਹਾਂ। ਪਰ ਅੱਜ ਅਸੀਂ ਇਹਨੂੰ ਤੁਹਾਨੂੰ ਇਸ ਪੁਰਾਣੀ ਜੁਰਾਬ ਦਾ ਇੱਕ ਨਵਾਂ ਤਰੀਕਾ ਦੱਸਾਂਗੇ, ਜਿਹਦੇ ਨਾਲ ਤੁਸੀਂ ਆਪਣੀਆਂ ਪੁਰਾਣੀਆਂ ਚੀਜ਼ਾਂ ਨੂੰ ਵਧੀਆ ਬਣਾ ਸਕਦੇ। ਆਹ ਦੇਖੋ ਫਰੈਂਡ, ਮੈਂ ਸੌਕਸ ਵਿੱਚੋਂ ਕੱਟ ਲਿੱਤੀ ਹੈ ਹਾਫ, ਅਤੇ ਜਿੱਦਾਂ ਆਪਣੇ ਕੋਲ ਦਹੀਂ ਵਾਲਾ ਕੋਈ ਕੱਪ ਖਾਲੀ ਹੁੰਦਾ ਹੈ, ਆਪਾਂ ਇਹਦਾ ਪੈਨ ਪੋਟ ਬਣਾ ਸਕਦੇ ਹਾਂ। ਇਹਦੇ ਉੱਤੇ ਇਹਦਾ ਕਵਰ ਕਰਕੇ ਦੇਖੋ ਕਿੱਦਾਂ ਫਰੈਂਡ ਨੂੰ ਆਪਾਂ ਇੱਦਾਂ ਇਹਦੇ 'ਤੇ ਚੜ੍ਹਾ ਦੇਣਾ ਹੈ। ਇਹ ਦੇਖੋ ਫਰੈਂਡ, ਇੱਦਾਂ ਇਹਨੂੰ ਥੋੜ੍ਹਾ ਖਿੱਚ ਕੇ ਇਹ ਦੇਖੋ ਫਰੈਂਡ, ਚਾਹੇ ਤਾਂ ਆਪਾਂ ਜਿਹੜੇ ਸੌਕਸ ਦਾ ਉੱਪਰ ਵਾਲਾ ਬੋਰਡਰ ਹੈ ਇਹਨੂੰ ਕੱਪ ਦੇ ਬਿਲਕੁਲ ਥੋੜ੍ਹਾ ਨੀਚੇ ਉਤਾਰ ਸਕਦੇ ਹਾਂ ਕਰਕੇ, ਅਤੇ ਆਹ ਜਿਹੜਾ ਨੀਚੇ ਹਿੱਸਾ ਬਚ ਗਿਆ ਆਪਣਾ ਕਟਿੰਗ ਵਾਲਾ, ਇਹਨੂੰ ਆਪਾਂ ਸੂਈ ਦੇ ਨਾਲ ਸਟਿੱਚ ਕਰ ਸਕਦੇ ਹਾਂ। ਆਪਾਂ ਇੱਕ ਸੂਈ ਧਾਗਾ ਲੈ ਕੇ ਬਸ ਇਹਦੇ ਉੱਤੇ ਆਪਾਂ ਇੱਦਾਂ ਕਰਕੇ ਟਾਂਕੇ ਲਗਾ ਦੇਣੀ, ਔਰ ਇਸ ਤੋਂ ਬਾਅਦ ਇਹ ਕਿੰਨਾ ਵਧੀਆ ਤੁਹਾਡਾ ਪੈਨ ਕੋਟ ਬਣ ਗਿਆ। ਇਹਦੇ ਵਿੱਚ ਅਸੀਂ ਜਿੱਦਾਂ ਕਿ ਬੱਚਿਆਂ ਦਾ ਸਮਾਨ ਕਲੈਕਟ ਕਰਕੇ ਰੱਖ ਸਕਦੇ ਹਾਂ। ਦੇਖੋ ਫਰੈਂਡ ਕਿੰਨਾ ਵਧੀਆ ਲੱਗ ਰਿਹਾ ਹੈ ਇਹ, ਅਤੇ ਇਸ ਤਰ੍ਹਾਂ ਹੀ ਅਸੀਂ ਇੱਕ ਤੁਹਾਨੂੰ ਹੋਰ ਦੱਸਦੇ ਹਾਂ। ਸੌਕਸ ਤੋਂ ਹੀ ਖਾਲੀ ਹੋਇਆ ਹੁੰਦਾ ਹੈ, ਇੱਦਾਂ ਲੈ ਲਓ, ਉਹਦੇ ਉੱਪਰ ਇੱਕ ਛੇਕ ਕਰ ਲਓ, ਇਹਨੂੰ ਆਪਾਂ ਬੱਚਿਆਂ ਦਾ ਗੋਲਕ ਬਣਾ ਸਕਦੇ ਹਾਂ। ਇਸੀ ਜੁਰਾਬ ਦਾ ਮੈਂ ਦੂਸਰਾ ਪਾਰਟ ਹੈ ਜਿਹੜਾ ਇਹਦੇ ਉੱਤੇ ਕਵਰ ਕਰਾਂਗੀ। ਦੇਖੋ ਕਿੱਦਾਂ ਇਹਨੂੰ ਮੈਂ ਪਹਿਲਾਂ ਹੀ ਨੀਚੇ ਤੋਂ ਸਟਿੱਚ ਕਰ ਲਿਆ ਸੀ। ਇਹ ਦੇਖੋ ਫਰੈਂਡ, ਇਹ ਸੌਕਸ ਦਾ ਹਾਫ ਹਿੱਸਾ ਸੀਗਾ ਜਿਹੜਾ, ਅਸੀਂ ਇਹਦੇ 'ਤੇ ਕਵਰ ਕਰ ਦਿੱਤਾ ਅਤੇ ਨੀਚੇ ਸਟਿੱਚ ਕਰਤਾ। ਇੱਦਾਂ ਹੀ ਤੁਸੀਂ ਪੈਨ ਪੋਟ ਵਾਲਾ ਕਰ ਦੇਣਾ ਹੈ। ਅਤੇ ਦੇਖੋ ਕਿੰਨਾ ਵਧੀਆ ਗੋਲਕ ਬਣ ਗਿਆ, ਕਿਸੇ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਇਹ ਤੁਸੀਂ ਸੌਕਸ ਚੜ੍ਹਾਈ ਹੈ ਜਾਂ ਫਿਰ ਇੱਦਾਂ ਹੀ ਇਹ ਸੀਗਾ। ਦੇਖੋ, ਹੈਲੋ, ਬਾਏ ਫਰੈਂਡ।